अज मैं इस वीडियो दे विच तुहानू दसूंगा कि किवें धरती दे उत्ते डायनासोरां दा अंत होया ते इंसानी जीवन की शुरुआत हुई ते ओह पहले किहड़े इंसान सन जिन्हां ने अग की खोज की ते खेतीबाड़ी करनी शुरू की। समा है जी अज तो 6,50,00,000 साल पहलां दा। धरती दे नाल इह जी इक खगोली घटना घटी जिसने पूरी धरती नूं धूड़ दे बदलां दे नाल ढक दिता। इस भयानक धमाके दे नाल इन्ना ज़्यादा रेडिएशन पैदा हो गया जिसने 800 किलोमीटर के एरिए च आउण वाले सारे जीव जंतुआं नूं मच के सुआह कर दिता। इस भयानक घटना के नाल धरती ते मौजूद 90% प्रजातियां का सफाया हो गया ते धरती ते रहण वाला 25 किलो तो ज्यादा वजनी हर जीव मच के सुबाह हो गया। इस महापरलो दे विच लखां दी गिणती दे विच जीव मारे जा चुके सन ते पेड़ पौधे जल के सुबाह हो चुके सन। इत्थे ही डायनासोरां दे काल दा अंत हो चुकिया सी ते इह महापरलो छोटे पंछियां दे लई काफी फायदेमंद साबित हुई। उह प्रजातियां सन मैमल जिन्हां नूं आसान भाषा दे विच आपां थणधारी जीव भी कहिंदे हां। इह छोटे छोटे थणधारी जीवे महापरलो तो दा किसे बच निकले पर भयानक गर्मी तो बचण लई इन्हां जीवां ने अपना बसेरा धरती दे अंदर बना लिया ते इन्हां ने अपने आप नूं जिउंदा रखण दे लई सब कुछ खाणा शुरू कर दिता ते हौली हौली महापरलो आई नूं लखां साल बीत गए ते हुण धरती पूरी तरह नाल डायनासोरां तों आजाद हो चुकी सी। धरती दा मौसम स्थिर हो चुक्या सी ते धरती ते फिर तों पेड़ पौद्यां दा विकास होना शुरू हो गया ते शुरुआत हुंदी है इक नवीं दुनिया दी। इस नवीं दुनिया दे विच साडे पूर्वज जाने के मैमल समें दे नाल काफ़ी विकसित हो रहे सी ते इह आकार दे विच ਪਹਿਲਾਂ ਦੇ ਨਾਲੋਂ ਕਾਫੀ ਵੱਡੇ ਹੋ ਚੁੱਕੇ ਸਨ। ਉਹਨਾਂ ਦੇ ਵਿੱਚੋਂ ਕਈ ਅਲੱਗ-ਅਲੱਗ ਪ੍ਰਜਾਤੀਆਂ ਪੈਦਾ ਹੋਈਆਂ ਜਿਨ੍ਹਾਂ ਦੇ ਸਾਡੇ ਵਾਂਗੂ ਹੱਥ ਪੈਰ ਵੀ ਸਨ। ਉਹਨਾਂ ਦੇ ਸਰੀਰ ਦੇ ਵਿੱਚ ਹੌਲੀ-ਹੌਲੀ ਬਦਲਾਅ ਹੁੰਦਾ ਰਿਹਾ ਤੇ ਹੁਣ ਉਹ ਸਿੱਧੇ ਖੜੇ ਹੋ ਕੇ ਚੱਲਣ ਲੱਗੇ ਸਨ ਤੇ ਫਿਰ ਸਮਾਂ ਆਇਆ ਜੀ ਅੱਜ ਤੋਂ ਤਕਰੀਬਨ 4.7 ਕਰੋੜ ਸਾਲ ਪਹਿਲਾਂ ਦਾ। ਉਸ ਟਾਈਮ ਧਰਤੀ ਦੇ ਵਾਤਾਵਰਣ ਦੇ ਵਿੱਚ ਲਗਾਤਾਰ ਬਦਲਾਅ ਹੋ ਰਹੇ ਸੀ ਤੇ ਧਰਤੀ ਦੇ ਅੰਦਰ ਮੌਜੂਦ ਟੈਕਟੋਨਿਕ ਪਲੇਟਾਂ ਦੇ ਵਿੱਚ ਹਲਚਲ ਪੈਦਾ ਹੋਣ ਲੱਗੀ। ਉਸ ਦਾ ਨਤੀਜਾ ਇਹ ਹੋਇਆ ਕਿ ਦੋ ਵੱਡੇ-ਵੱਡੇ ਭੂ-ਭਾਗ ਆਪਸ ਦੇ ਵਿੱਚ ਟਕਰਾ ਗਏ। ਇਹ ਦੋਵੇਂ ਭੂ-ਭਾਗਾਂ ਦੇ ਆਪਸ ਵਿੱਚ ਟਕਰਾਉਣ ਦੇ ਨਾਲ ਇੱਕ ਨਵੀਂ ਪਰਬਤ ਸ਼੍ਰੇਣੀ ਦਾ ਨਿਰਮਾਣ ਹੋਇਆ ਜਿਸ ਨੂੰ ਕਿ ਅੱਜ ਆਪਾਂ ਹਿਮਾਲਿਆ ਪਰਬਤ ਸ਼੍ਰੇਣੀ ਦੇ ਨਾਮ ਨਾਲ ਜਾਣਦੇ ਹਾਂ। ਇਹਨਾਂ ਦੇ ਵਿੱਚੋਂ ਉਹ ਵੀ ਪਰਬਤ ਆਉਂਦਾ ਹੈ ਕਿ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਸਿਖਰ ਹੈ ਜਾਣੀ ਕਿ ਮਾਊਂਟ ਐਵਰੈਸਟ। ਇਸ ਪਰਬਤ ਸ਼੍ਰੇਣੀ ਦੇ ਨਾਲ ਧਰਤੀ ਦਾ ਮੌਸਮ ਬਦਲਣ ਲੱਗਿਆ ਤੇ ਧਰਤੀ ਦਾ ਵਾਤਾਵਰਣ ਠੰਡਾ ਹੋਣ ਲੱਗਿਆ ਤੇ ਇਹ ਪਰਬਤ ਸ਼੍ਰੇਣੀ ਦੇ ਵਿੱਚ ਡਿੱਗਣ ਵਾਲੀ ਬਰਫ਼ ਨੇ ਕਈ ਵੱਡੀਆਂ-ਵੱਡੀਆਂ ਨਦੀਆਂ ਨੂੰ ਜਨਮ ਦਿੱਤਾ। ਇਹ ਉਹੀ ਨਦੀਆਂ ਨੇ ਜਿਹੜੀਆਂ ਅੱਜ ਸਾਡੇ ਲਈ 50% ਤੋਂ ਜ਼ਿਆਦਾ ਤਾਜ਼ਾ ਪਾਣੀ ਦਿੰਦੀਆਂ ਨੇ। ਐਲੀਗਨ ਪੋਕ ਦੇ ਵਿੱਚ ਅੱਜ ਤੋਂ 2 ਕਰੋੜ ਸਾਲ ਪਹਿਲਾਂ ਗਲੋਬਲ ਪੁਲੀ ਹੋਈ ਜਿਸ ਦੇ ਕਾਰਨ ਘਾਹ ਦੇ ਮੈਦਾਨ ਵਧਣ ਲੱਗੇ ਤੇ ਜੰਗਲ ਹੌਲੀ-ਹੌਲੀ ਖਤਮ ਹੋਣ ਲੱਗੇ। ਉਸ ਸਥਿਤੀ ਦੇ ਵਿੱਚ ਕੁਝ ਅਜਿਹੇ ਜਾਨਵਰ ਵਿਕਸਿਤ ਹੋਏ ਜਿਹੜੇ ਕਿ ਖੁੱਲ੍ਹੇ ਮੈਦਾਨਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਸਨ ਤੇ ਇਹਨਾਂ ਦੇ ਵਿੱਚ ਦੂਜੇ ਜਾਨਵਰਾਂ ਨੂੰ ਖਾਣ ਵਾਲੇ ਜੀਵ ਵੀ ਸਨ। ਪਰ ਹੁਣ ਵੀ ਧਰਤੀ ਦੇ ਉੱਤੇ ਇੱਕ ਅੰਸ਼ ਦੀ ਕਮੀ ਸੀ, ਉਹ ਅੰਸ਼ ਸੀ ਇਨਸਾਨ। ਪਰ ਇਹ ਇਨਸਾਨ ਆਖਰ ਦੇ ਵਿੱਚ ਆਇਆ ਕਿੱਥੋਂ? ਅੱਜ ਤੋਂ ਤਕਰੀਬਨ 1 ਕਰੋੜ ਸਾਲ ਪਹਿਲਾਂ ਧਰਤੀ ਦਾ ਰੂਪ ਤਕਰੀਬਨ ਅੱਜ ਦੀ ਧਰਤੀ ਵਰਗਾ ਬਣ ਚੁੱਕਿਆ ਸੀ ਤੇ ਹੁਣ ਧਰਤੀ ਦੀਆਂ ਸਥਿਤੀਆਂ ਵੀ ਥੋੜੀਆਂ-ਥੋੜੀਆਂ ਬਦਲਣ ਲੱਗੀਆਂ ਸੀ। ਅੱਜ ਤੋਂ ਤਕਰੀਬਨ 40,00,000 ਸਾਲ ਪਹਿਲਾਂ ਧਰਤੀ ਦੇ ਅੰਦਰ ਟੈਕਟੋਨਿਕ ਪਲੇਟਾਂ 'ਚ ਹਲਚਲ ਹੋਣ ਦੇ ਨਾਲ ਅਫਰੀਕਾ ਦੇ ਪੂਰਬੀ ਇਲਾਕਿਆਂ 'ਚ ਇੱਕ ਨਵੀਂ ਪਰਬਤ ਸ਼੍ਰੇਣੀ ਦਾ ਜਨਮ ਹੋਇਆ। ਇਹ ਪਰਬਤ ਸ਼੍ਰੇਣੀ ਇੱਥੇ ਆਉਣ ਵਾਲੀਆਂ ਹਵਾਵਾਂ ਦੇ ਲਈ ਰੁਕਾਵਟ ਬਣ ਕੇ ਖੜ ਗਈ ਸੀ। ਇਸ ਦੀ ਵਜ੍ਹਾ ਦੇ ਨਾਲ ਇੱਥੋਂ ਦਾ ਵਾਤਾਵਰਣ ਬਦਲ ਗਿਆ ਤੇ ਜੰਗਲਾਂ ਦੇ ਵਿੱਚ ਮੀਂਹ ਪੈਣੇ ਬੰਦ ਹੋ ਗਏ। ਇਸ ਜੰਗਲਾਂ ਦੇ ਵਿੱਚ ਰਹਿੰਦੇ ਸਨ ਜੀ ਐਪਸ, ਜਿਨ੍ਹਾਂ ਨੂੰ ਪੈਰੋਲਾ ਪਿਥੀਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਦਰਖਤਾਂ ਦੇ ਉੱਪਰ ਰਹਿੰਦੇ ਸਨ, ਉੱਥੇ ਇਹਨਾਂ ਨੂੰ ਭਰਪੇਟ ਖਾਣਾ ਮਿਲ ਜਾਂਦਾ ਸੀ। ਇਹ ਇੱਕ ਟਾਹਣੀ ਤੋਂ ਦੂਜੀ ਟਾਹਣੀ ਦੇ ਉੱਪਰ ਛਾਲ ਨਹੀਂ ਮਾਰ ਸਕਦੇ ਸੀ, ਪਰ ਕਦੇ-ਕਦੇ ਦਰਖਤ ਦੇ ਟਾਹਣਿਆਂ ਉੱਪਰ 2 ਪੈਰਾਂ ਨਾਲ ਚੱਲ ਲੈਂਦੇ ਸੀ। ਅੱਗੇ ਜਾ ਕੇ ਬਾਂਦਰਾਂ ਦੀ ਇਹ ਪ੍ਰਜਾਤੀ ਗੋਰੀਲਾ ਤੇ ਚਪੈਂਜੀ ਅਤੇ ਕੁਝ ਇਨਸਾਨਾਂ ਦੇ ਵਿੱਚ ਬਦਲ ਗਈ। ਇਹ ਪੂਰੇ ਅਫਰੀਕਾ ਦੇ ਵਿੱਚ ਫੈਲੇ ਹੋਏ ਸਨ ਤੇ ਸਮਾਂ ਪੈਣ ਦੇ ਨਾਲ ਇੱਥੇ ਕਾਲ ਪੈਣਾ ਸ਼ੁਰੂ ਹੋ ਗਿਆ ਤੇ ਇਹ ਜੰਗਲ ਪੂਰੀ ਤਰ੍ਹਾਂ ਨਾਲ ਸਾਫ਼ ਹੋ ਗਏ ਤੇ ਇੱਥੇ ਰਹਿ ਰਹੇ ਐਪਸ ਦੇ ਲਈ ਢਿੱਡ ਭਰਨਾ ਔਖਾ ਹੋ ਗਿਆ ਤੇ ਖਾਣੇ ਦੀ ਭਾਲ ਦੇ ਵਿੱਚ ਇਹਨਾਂ ਨੇ ਦਰਖਤਾਂ ਤੋਂ ਥੱਲੇ ਪੈਰ ਰੱਖਿਆ। ਇਹ ਸਨ ਅਰਬੀ ਪਿਥੀਕਸ ਰੈਮੀਡਸ। ਅੱਜ ਆਪਾਂ ਇਹਨਾਂ ਤੋਂ ਹੀ ਡਿਵੈਲਪ ਹੋ ਕੇ ਅੱਜ ਦੇ ਇਨਸਾਨ ਵਰਗੇ ਬਣੇ ਹਾਂ। ਇਸ ਇਨਸਾਨੀ ਪ੍ਰਜਾਤੀ ਨੇ ਸਭ ਤੋਂ ਪਹਿਲਾਂ ਜ਼ਮੀਨ ਉੱਪਰ ਆਪਣਾ ਪੈਰ ਰੱਖਿਆ ਤੇ ਇਹ ਇਨਸਾਨੀ ਇਤਿਹਾਸ ਦਾ ਜ਼ਮੀਨ ਉੱਪਰ ਪਹਿਲਾ ਪੈਰ ਸੀ। ਇਹਨਾਂ ਦੀ ਸ਼ਕਲ ਕੁਝ ਹੱਦ ਤੱਕ ਅੱਜ ਦੇ ਇਨਸਾਨਾਂ ਨਾਲ ਮਿਲਦੀ ਸੀ ਤੇ ਇਹਨਾਂ ਦੇ ਕੋਲ ਇਨਸਾਨਾਂ 'ਚ ਦੰਦ ਵੀ ਸਨ ਅਤੇ 4 ਫੁੱਟ ਲੰਮੇ ਸਨ। ਕਈ ਹਜ਼ਾਰ ਸਾਲਾਂ ਦੇ ਵਿਕਾਸ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਨੂੰ 2 ਪੈਰਾਂ ਦੇ ਉੱਪਰ ਤੁਰਨ ਲਾ ਲਿਆ ਜਿਸ ਦੇ ਕਾਰਨ ਇਹਨਾਂ ਦੀ ਊਰਜਾ ਵੀ ਕਾਫੀ ਘੱਟ ਖਤਮ ਹੁੰਦੀ ਸੀ ਤੇ 2 ਪੈਰਾਂ ਦੇ ਉੱਪਰ ਚੱਲਦੇ ਹੋਣ ਦੀ ਵਜ੍ਹਾ ਦੇ ਨਾਲ ਹੁਣ ਇਹ ਕਾਫੀ ਦੂਰ ਤੱਕ ਦੇਖ ਸਕਦੇ ਸਨ ਤੇ ਨਾਲ ਦੀ ਨਾਲ ਹੀ ਹੁਣ ਇਹਨਾਂ ਦਾ ਦਿਮਾਗ ਵੀ ਤੇਜ਼ ਹੁੰਦਾ ਜਾ ਰਿਹਾ ਸੀ। ਸਮਾਂ ਬੀਤਦਾ ਗਿਆ, ਵਿਕਾਸ ਦੀ ਪ੍ਰਕਿਰਿਆ ਚੱਲਦੀ ਰਹੀ ਤੇ ਸਾਡੇ ਪੂਰਵਜ ਆਪਣੇ ਸਰੀਰ ਦੇ ਅੰਦਰ ਵਿਕਾਸ ਕਰਦੇ ਗਏ। ਅੱਜ ਤੋਂ 23,00,000 ਸਾਲ ਪਹਿਲਾਂ ਸਾਡੇ ਪੂਰਵਜਾਂ ਨੇ ਆਪਣੇ ਦਿਮਾਗ ਨੂੰ ਕਾਫੀ ਵਿਕਸਿਤ ਕਰ ਲਿਆ ਸੀ ਤੇ ਉਸ ਪ੍ਰਜਾਤੀ ਦਾ ਨਾਮ ਸੀ ਹੈਮੋ ਹੈਥੀਲੀਅਸ ਤੇ ਉਹਨਾਂ ਨੇ ਹੀ ਪਹਿਲੀ
ਵਾਰ ਪੱਥਰ ਨੂੰ ਹਥਿਆਰ ਦੇ ਰੂਪ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਸੀ ਤੇ ਉਹਨਾਂ ਨੇ ਤੇਜ਼ ਧਾਰ ਪੱਥਰ ਦੀ ਮਦਦ ਦੇ ਨਾਲ ਹਥੌੜਾ ਬਣਾ ਲਿਆ। ਕਈ ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ਇਹਨਾਂ ਨੇ ਆਪਣੇ ਦਿਮਾਗ ਨੂੰ ਪੂਰੀ ਤਰ੍ਹਾਂ ਦੇ ਨਾਲ ਬੁੱਧੀਮਾਨ ਬਣਾ ਲਿਆ ਤੇ ਹੁਣ ਉਹ ਸ਼ਿਕਾਰ ਦੇ ਲਈ ਆਪਸ ਵਿੱਚ ਲੜਨ ਦੀ ਬਜਾਏ ਇਕੱਠੇ ਹੋ ਕੇ ਗਰੁੱਪ ਬਣਾ ਕੇ ਸ਼ਿਕਾਰ ਕਰਨ ਲੱਗੇ। ਇਸ ਤੋਂ ਵੱਧ ਪ੍ਰਜਾਤੀ ਆਈ ਹੋਮੋ ਇਰੈਕਸ, ਜਿਹੜੇ ਕਿ ਹੋਰ ਜਾਨਵਰਾਂ ਤੋਂ ਜ਼ਿਆਦਾ ਬੁੱਧੀਮਾਨ ਸਨ। ਹੋਮੋ ਇਰੈਕਸ ਪ੍ਰਜਾਤੀ ਨੇ ਹੀ ਸਭ ਤੋਂ ਪਹਿਲਾਂ ਅੱਗ ਨੂੰ ਵਰਤਿਆ ਸੀ ਤੇ ਇਹ ਖੋਜ ਮਨੁੱਖੀ ਇਤਿਹਾਸ ਦੇ ਲਈ ਬੇਹੱਦ ਖਾਸ ਖੋਜ ਸੀ ਤੇ ਇਹ ਅੱਗ ਦੀ ਮਦਦ ਦੇ ਨਾਲ ਆਪਣੇ ਆਪ ਨੂੰ ਠੰਡ ਤੋਂ ਬਚਾਈ ਰੱਖਦੇ ਸਨ ਤੇ ਇਹ ਅੱਗ ਉਹਨਾਂ ਨੂੰ ਹਨੇਰੇ ਦੇ ਵਿੱਚ ਰੋਸ਼ਨੀ ਵੀ ਦਿੰਦੀ ਸੀ। ਉਹਨਾਂ ਨੇ ਅੱਗ ਦੇ ਉੱਪਰ ਮਾਸ ਪਕਾਉਣਾ ਸਿੱਖ ਲਿਆ, ਜਿਸ ਦੇ ਕਾਰਨ ਹੁਣ ਪਰਿਵਾਰ ਵੀ ਵਧਣ ਲੱਗਾ ਤੇ ਸਾਡੇ ਪੂਰਵਜ ਹੁਣ ਇਕੱਠੇ ਹੋ ਕੇ ਗਰੁੱਪਾਂ ਦੇ ਵਿੱਚ ਨਾਲ ਨਾਲ ਰਹਿਣ ਲੱਗੇ। ਅਜਿਹਾ ਕਰਕੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸਨ ਤੇ ਅੱਗ ਦੇ ਨਾਲ ਪੱਕਿਆ ਹੋਇਆ ਮਾਸ ਖਾਣ ਦੇ ਲਈ ਉਹਨਾਂ ਨੂੰ ਬਹੁਤ ਘੱਟ ਊਰਜਾ ਦੀ ਲੋੜ ਪੈਂਦੀ ਸੀ, ਜਿਸ ਦੇ ਕਾਰਨ ਇਹ ਊਰਜਾ ਉਹਨਾਂ ਦੇ ਦਿਮਾਗ ਉੱਪਰ ਖਰਚ ਹੋਣ ਲੱਗੀ ਤੇ ਇਹਨਾਂ ਦੇ ਦਿਮਾਗ ਦਾ ਸਾਈਜ਼ ਵੱਡਾ ਹੋਣ ਲੱਗਿਆ। ਸਾਡੇ ਇਹ ਪੂਰਵਜ ਹੋਰ ਜਾਨਵਰਾਂ ਦੇ ਨਾਲੋਂ ਕਾਫੀ ਤੇਜ਼ ਦਿਮਾਗ ਵਾਲੇ ਸਨ ਤੇ ਇਸ ਧਰਤੀ ਉੱਤੇ ਮਿਲ ਜੁਲ ਕੇ ਰਹਿਣ ਵਾਲੇ ਪਹਿਲੇ ਬੁੱਧੀਮਾਨ ਜੀਵ ਸਨ ਤੇ ਲੱਖਾਂ ਸਾਲ ਬੀਤ ਜਾਣ ਤੋਂ ਬਾਅਦ ਅੱਜ ਦੇ ਇਨਸਾਨਾਂ ਨੇ ਆਪਣਾ ਰੂਪ ਲੈ ਲਿਆ ਤੇ ਹੁਣ ਇਨਸਾਨ ਅਲੱਗ ਅਲੱਗ ਆਵਾਜ਼ਾਂ ਕੱਢਣਾ ਸਿੱਖ ਗਿਆ ਸੀ, ਜਾਣੀ ਕਿ ਇਨਸਾਨ ਨੇ ਆਪਣੀ ਲੈਂਗੁਏਜ ਦਾ ਵਿਕਾਸ ਕਰ ਲਿਆ ਸੀ, ਜਿਸ ਦੇ ਕਾਰਨ ਉਹ ਆਪਣੀ ਜਾਣਕਾਰੀ ਇੱਕ ਦੂਜੇ ਨਾਲ ਵੰਡ ਸਕਦੇ ਸਨ। ਇਹ ਆਖਰੀ ਵਿਕਾਸ ਸੀ, ਉਸ ਤੋਂ ਬਾਅਦ ਅੱਜ ਦੇ ਇਨਸਾਨਾਂ ਦੀ ਉਤਪਤੀ ਹੋਈ। ਹੁਣ ਸਾਡਾ ਵਜੂਦ ਜਾਣੀ ਕਿ ਹੋਮੋ ਸੈਂਪੀਅਨਸ ਦਾ ਸਮਾਂ ਸ਼ੁਰੂ ਹੋ ਗਿਆ ਤੇ ਸਾਡੇ ਕੋਲ ਧਰਤੀ ਦੇ ਸਭ ਜਾਨਵਰਾਂ ਤੋਂ ਵੱਡਾ ਦਿਮਾਗ ਸੀ ਤੇ ਹੁਣ ਅਸੀਂ ਧਰਤੀ ਤੇ ਕਿਤੇ ਵੀ ਜਾ ਸਕਦੇ ਸੀ ਤੇ ਸਾਡੇ ਕੋਲ ਹਥਿਆਰ ਵੀ ਸਨ ਤੇ ਉਸ ਤੋਂ ਵੱਡੀ ਗੱਲ ਸਾਡੇ ਕੋਲ ਵੱਡਾ ਤੇ ਤੇਜ਼ ਦਿਮਾਗ ਸੀ। ਤੇ ਫਿਰ ਇਨਸਾਨ ਇੱਕ ਮਹਾਦੀਪ ਤੇ ਸੀਮਤ ਨਹੀਂ ਰਿਹਾ ਬਲਕਿ ਧਰਤੀ ਦੇ ਅਲੱਗ ਅਲੱਗ ਮਹਾਦੀਪਾਂ ਉੱਤੇ ਰਹਿਣ ਲੱਗਾ ਤੇ ਅੱਜ ਤੋਂ ਤਕਰੀਬਨ 50,000 ਸਾਲ ਪਹਿਲਾਂ ਆਈਸ ਏਜ ਦੀ ਸ਼ੁਰੂਆਤ ਹੋ ਗਈ ਤੇ ਇਸ ਟਾਈਮ ਤੱਕ ਇਨਸਾਨ ਚਾਈਨਾ ਤੇ ਆਸਟ੍ਰੇਲੀਆ ਤੱਕ ਪਹੁੰਚ ਗਿਆ ਸੀ ਤੇ ਹੌਲੀ ਹੌਲੀ ਅਸੀਂ ਇਨਸਾਨ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਏ ਤੇ ਪੇਟ ਪਾਲਣ ਦੇ ਲਈ ਖੇਤੀਬਾੜੀ ਕਰਨ ਲੱਗੇ ਤੇ ਇਸ ਤਰ੍ਹਾਂ ਇਨਸਾਨ ਨੇ ਪੂਰੀ ਦੁਨੀਆ ਦੇ ਵਿੱਚ ਆਪਣੀਆਂ ਬਸਤੀਆਂ ਬਣਾ ਲਈਆਂ ਤੇ ਹੌਲੀ ਹੌਲੀ ਅਸੀਂ ਆਪਣੇ ਆਪ ਨੂੰ ਡਿਵੈਲਪ ਕਰ ਲਿਆ ਤੇ ਇੱਥੋਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਜ਼ਿਆਦਾ ਔਖੇ ਸਮੇਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਹਾਂ। ਅੱਜ ਅਸੀਂ ਇੰਨੀ ਜ਼ਿਆਦਾ ਟੈਕਨੋਲੋਜੀ ਡਿਵੈਲਪ ਕਰ ਲਈ ਹੈ ਕਿ ਅਸੀਂ ਧਰਤੀ ਤੱਕ ਹੀ ਸੀਮਤ ਨਹੀਂ ਰਹੇ ਤੇ ਅਸੀਂ ਚੰਦ ਤੇ ਵੀ ਪਹੁੰਚ ਗਏ ਹਾਂ। ਅੱਜ ਧਰਤੀ ਤੇ ਇਨਸਾਨ ਦੇ ਨਾਲੋਂ ਜ਼ਿਆਦਾ ਕੋਈ ਬੁੱਧੀਮਾਨ ਜੀਵ ਨਹੀਂ ਹੈ। ਤੁਸੀਂ ਟੈਕਨੋਲੋਜੀ ਦੇ ਉਦਾਹਰਣ ਇੱਥੇ ਹੀ ਦੇਖ ਸਕਦੇ ਹੋ। ਤੁਸੀਂ ਇਨਸਾਨੀ ਜੀਵਨ ਦੇ ਬਾਰੇ ਪਿਛਲੇ 5-7 ਮਿੰਟਾਂ ਦੇ ਵਿੱਚ ਸਾਰਾ ਕੁਝ ਪਤਾ ਕਰ ਲਿਆ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਇਨਸਾਨ ਧਰਤੀ ਉੱਤੇ ਕਿਵੇਂ ਆਏ ਹਾਂ। ਇਹ ਸਨ ਇਨਸਾਨਾਂ ਦੀ ਉਤਪਤੀ ਦੇ ਨਾਲ ਜੁੜੇ ਹੋਏ ਕੁਝ ਰੌਚਕ ਤੱਥ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।